ਤੁਹਾਨੂੰ ਮੈਂ ਦੱਸਦਾ ਪਿਆ ਵਾਂ ਬਈ 8:15 ਦਾ ਟਾਈਮ ਸੀਗਾ ਜਦੋਂ ਮੈਂ ਦੱਸਿਆ ਤੁਹਾਨੂੰ, ਅਤੇ ਇੱਕ ਇੱਕ ਕਰਦੇ ਅਸੀਂ 2-3 ਗਾ ਚੁੱਕੇ ਹਾਂ, 9 ਵਜਾ ਚੁੱਕੇ ਹਾਂ, ਅਤੇ ਹਜੇ ਵੀ ਲਵ ਮਸਾ ਹੀ ਉਹਨੂੰ ਯਾਦ ਆਇਆ, ਅਸੀਂ ਤਾਂ ਰੁਕਣ ਨਹੀਂ ਲੱਗੇ ਸੀ। ਦੇਖ ਸਕਦੇ ਹਾਂ ਟੋਟਲੀ ਮਾਰਕੀਟ ਬੰਦ ਹੋ ਚੁੱਕੀ ਆ, ਅਤੇ ਹਜੇ ਉਹਨਾਂ ਨੇ ਜਾਣਾ, ਬਾਈਕ ਉਹਨਾਂ ਦੀ ਆਹ ਖੜ੍ਹੀ ਆ, ਠੀਕ ਆ, ਅਤੇ ਆਪਣੀਆਂ ਦੁਕਾਨਾਂ ਬੰਦ ਆ, ਇਕੱਲੀ ਆਹੀ ਇੱਕ ਆ, ਇਹਨੂੰ ਹੀ ਕਰਨਾ ਸਾਰੀ, ਆਲਮੋਸਟ ਬੰਦ ਹੋ ਗਿਆ, ਠੰਡ ਵੀ ਬਹੁਤ ਆ। ਹਾਂਜੀ ਵੈਲਕਮ ਤੁਹਾਡਾ ਅਭਿਸ਼ੇਕ ਲਿਆਂ ਵਲੋਗਸ ਵਿੱਚ, ਅੱਜ ਦੇ ਵਲੋਗ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ, ਔਰ ਆਈ ਹੋਪ ਤੁਸੀਂ ਸਾਰੇ ਅੱਛੇ ਹੋਗੇ, ਸਿਹਤਮੰਦ ਹੋਗੇ, ਠੰਡ ਤੋਂ ਬਚੇ ਹੋਗੇ, ਤਾਂ ਬਚੇ ਹੈ ਨਾ, ਦੱਸ ਦਿਓ ਮੈਨੂੰ, ਠੀਕ ਹੈ ਨਾ, ਤਾਂ ਬਚੇ ਰਹੋ, ਠੰਡ ਹੈਗੀ ਕਾਫੀ ਆ। ਔਰ ਆਉਣ ਵਾਲੇ ਪਿਛਲੇ ਦਿਨ 'ਚ ਕਿੰਨਾ ਨੇ ਉਹ ਵਲੋਗ ਵੇਖ ਲਿਆ, ਮੈਨੂੰ ਵਲੋਗ ਵੇਖ ਲਿਆ, ਕਮੈਂਟ 'ਚ ਦੱਸਿਓ, ਜਿਹੜਾ ਆਪਣਾ ਕੰਪੀਟੀਸ਼ਨ ਹੋ ਰਿਹਾ ਕਾਲਜ 'ਚ, ਉਹਦੇ ਬਾਰੇ ਅੱਜ ਮੈਂ ਦੱਸਣ ਲੱਗਾ। ਆਪਣੇ ਕਾਲਜ ਹੋ ਰਿਹਾ ਕੰਪੀਟੀਸ਼ਨ, ਜਿਹਦੇ 'ਚ ਕਾਲਜ ਆਉਣਗੇ, ਜਿੱਥੋਂ ਤੱਕ ਮੈਨੂੰ ਹੁਣ ਦੱਸਿਆ ਵਾ ਵੀ ਕਾਲਜ ਆਉਣਗੇ, ਉਹਨਾਂ 'ਚ ਫੰਕਸ਼ਨ ਨਹੀਂ ਗਾ, ਇਹ ਵਾ ਕੰਪੀਟੀਸ਼ਨ ਜਿਹਦੇ 'ਚ ਫਸਟ ਸੈਕਿੰਡ ਇੱਦਾਂ ਰੈਂਕ ਆਉਣੀ ਆ। ਔਰ ਆਪਾਂ ਸਿੰਗਿੰਗ ਵਿੱਚ ਜਿਹੜਾ ਆਪਣਾ ਉਹ ਨਾ ਲੋਕ ਗੀਤ, ਲੋਕ ਗੀਤ ਗਾਉਣਾ ਤੁਹਾਡੇ ਭਰਾ ਨੇ ਅਭਿਸ਼ੇਕ ਕਲਿਆਣ ਨੇ, ਔਰ ਇੱਕ ਪੁਜੀਸ਼ਨ ਲਿਆਉਣੀ, ਆਪਾਂ ਪਤਾ ਲੱਗੇ ਹਾਂ ਕਾਲਜਾਂ ਨੂੰ ਵੀ ਤੁਸੀਂ ਬਹੁਤ ਵਧੀਆ ਇੱਕ ਪਰਸਨ ਨੂੰ ਚੁਣਿਆ ਵਾ, ਪੁਜੀਸ਼ਨ ਲਿਆਉਣੀ ਆਪਾਂ ਪਤਾ ਲੱਗੇ ਹਾਂ ਕਾਲਜਾਂ ਨੂੰ ਵੀ ਤੁਸੀਂ ਬਹੁਤ ਵਧੀਆ ਇੱਕ ਪਰਸਨ ਨੂੰ ਚੁਣਿਆ ਵਾ ਅਭਿਸ਼ੇਕ ਕਲਿਆਣ, ਅਤੇ ਦੱਸ ਦਿਓ ਯਾਰ ਤੁਸੀਂ ਸਪੋਰਟ ਕਰੋ, ਦੱਸਿਓ। ਅਤੇ ਉਸ ਤੋਂ ਬਾਅਦ ਅੱਜ ਤਾਂ ਸ਼ਾਮ ਨੂੰ ਹੀ ਇਕੱਠੇ ਹੋਵਾਂਗੇ ਦੁਕਾਨ 'ਤੇ, ਮਹਿਫਲ ਵੀ ਲਾਵਾਂਗੇ ਆਪਦੀ, ਕਰਾਂਗੇ ਗਾਉਣਾ ਵੀ, ਔਰ ਉਹਨਾਂ ਨੂੰ ਵੀ ਮਿਲਾਊਂਗਾ ਤੁਹਾਨੂੰ, ਠੀਕ ਹੈ, ਜਦੋਂ ਆਏ। ਉਸ ਤੋਂ ਬਾਅਦ ਕਾਲਜ ਦਾ ਤੁਹਾਨੂੰ ਦੱਸ 24-25 ਦਾ ਵਾ ਆਪਣਾ, ਸ਼ਾਇਦ 25 ਨੂੰ ਹੋਵੇ, ਕਿਉਂਕਿ ਉਹਨਾਂ ਨੇ ਮੈਨੂੰ 24 ਦਾ ਕਿਹਾ ਵਾ ਕਿ ਵੀ ਤੁਸੀਂ ਇੱਕ ਉਹ ਵੀ ਕਰਨਾ ਵਾ ਜਿਹਨੂੰ ਕਹਿੰਦੇ ਹੁੰਦੇ ਆ ਅਰਦਾਸ ਬੇਨਤੀ ਹੁੰਦੀ, ਜਿਹੜੀ ਸ਼ੁਰੂਆਤ ਦੇ ਵਿੱਚ ਗੀਤ ਗਾਉਣਾ ਹੁੰਦਾ, ਭਜਨ ਸ਼ਬਦ ਗਾਉਣਾ ਹੁੰਦਾ, ਉਹ ਵੀ ਤੁਸੀਂ ਗਾਉਣਾ ਅਭਿਸ਼ੇਕ ਕਹਿੰਦੇ, ਅਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ, ਉਹ ਵੀ ਗਾਵਾਂਗੇ, ਉਹ ਵੀ ਕਰਨਾ ਵਾ। ਉਸ ਤੋਂ ਬਾਅਦ ਜਿਹੜਾ ਮੈਂ ਗੀਤ ਗਾ ਰਿਹਾ ਲੋਕ ਗੀਤ, ਉਹ ਵੀ ਦੱਸੂੰਗਾ। ਔਰ ਪਿਛਲੇ ਬਲੌਗ 'ਚ ਮੈਂ ਦੱਸਿਆ ਨਾ ਵੀ ਹਾਂ ਕਾਲਜ ਉੱਥੇ ਜਿਹੜਾ ਆਪਣੇ ਸੀ ਕਾਲਜ ਨੂੰ ਹੋਸਟਲ ਦੀ ਗੱਲ ਤੋਰੀ, ਹੋਸਟਲ ਦੀ ਮੈਂ ਗੱਲ ਦੱਸਾਂ, ਹੋਸਟਲ ਵਿੱਚ ਉਹ ਕਹਿੰਦੇ ਅੱਜ ਕੀ ਤੁਹਾਨੂੰ ਰੱਖਣਾ ਵਾ, ਕਿਉਂਕਿ ਪਿਛਲੀ ਵਾਰੀ ਮੈਂ ਨਾ ਲੇਟ ਪਹੁੰਚੇ ਬਾਈਕ 'ਤੇ, ਅਤੇ ਮੈਡਮ ਜੀ ਮੈਨੂੰ ਬੋਲਦੇ ਤਾਂ ਨਹੀਂ, ਪਰ ਫਿਰ ਵੀ ਐਤਕੀ ਕਹਿੰਦੇ ਜੇ ਐਤਕੀ ਲੇਟ ਹੋ ਗਿਆ ਨਾ ਤਾਂ ਐਤਕੀ ਮੈਂ ਤੈਨੂੰ ਬਹੁਤ ਸੁਣਾਉਣੀ ਆ ਖੜੀਆਂ, ਅਤੇ ਕਹਿੰਦੇ ਵੀ ਐਤਕੀ ਤੁਹਾਨੂੰ ਜਾਣ ਹੀ ਨਹੀਂ ਦੇਣਾ ਘਰ, ਐਤਕੀ ਤੈਨੂੰ 24 ਨੂੰ ਰੱਖ ਲੈਣਾ ਵਾ, ਅਤੇ 25 ਨੂੰ ਤੂੰ ਇੱਥੇ ਉੱਥੇ, ਮਤਲਬ ਕਿ 24 ਨੂੰ ਉੱਥੇ ਨਹੀਂ, ਰਾਤ ਹੋ ਗਈ ਤਾਂ ਉੱਥੇ ਸੌਂ ਜੀ, ਹੋਸਟਲ ਅਲਾਊਡ ਕਰਾ ਲੈਣਾ। ਉਹਦੇ 'ਚ ਮੈਂ ਮਹਿਫਲ ਲਾਉਣੀ, ਜਿਵੇਂ ਆਪਾਂ ਜਦੋਂ ਉੱਥੇ ਰਹਿ ਹੀ ਪਏ ਤਾਂ ਫਿਰ ਆਪਾਂ ਉੱਥੇ ਸੌਵਾਂਗੇ ਥੋੜ੍ਹੀ ਗੱਲ, ਪਰ ਮਹਿਫਲ ਵੀ ਕਰਾਂਗੇ ਨਾਲੇ, ਐਕਸਪੀਰੀਅੰਸ ਕਰਾਂਗੇ ਵੀ ਉੱਥੋਂ ਦਾ ਮਾਹੌਲ ਕਿੱਦਾਂ ਦਾ, ਠੀਕ ਆ। ਉਸ ਤੋਂ ਬਾਅਦ ਯਾਰ ਮੈਨੂੰ ਕੋਈ ਯਾਦ ਨਹੀਂ ਹੁੰਦਾ ਪਿਆ, ਮੁੰਡਿਆਂ ਦੇ ਹੋਰ ਵੀ ਮੈਨੂੰ ਫੋਨ ਆਈ ਜਾਂਦੇ ਆ, ਕਹਿੰਦੇ ਵੀ ਸਾਡੇ ਭਰਾ ਨੂੰ ਜਾਂ ਇੱਕ ਮੁੰਡਾ, ਉਹਦਾ ਵੀ ਫੋਨ ਆਇਆ ਮੈਨੂੰ, ਕਿਹਾ ਕਹਿੰਦੇ ਵੀ ਸਾਨੂੰ ਵੀ ਯਾਰ ਸਿਖਾ ਦਿਓ ਯਾਰ ਗੀਤ ਤਾਂ ਉਹਨਾਂ ਨੇ ਆਪਦਾ ਪਸੰਦ ਕਰ ਹੀ ਲੈਣਗੇ, ਪਰ ਕਹਿੰਦੇ ਸਾਨੂੰ ਥੋੜ੍ਹਾ ਨਾ ਸੁਰ ਦਾ ਅਤੇ ਉਹ ਦੱਸ ਦਿਓ। ਮੈਂ ਕਿਹਾ ਕੋਈ ਗੱਲ ਨਹੀਂ, ਵੀ ਜਿੰਨਾ ਹੋ ਸਕਿਆ ਸਿਖਾਉਣ ਜੋਗੇ ਉਹਨਾਂ ਵੀ ਸਿਖਾ ਦਾਂਗੇ, ਕੋਈ ਗੱਲ ਨਹੀਂ, ਅਤੇ ਮਿਲਾਂਗੇ ਕੱਲ੍ਹ, ਸ਼ਾਇਦ ਜਾਈਏ, ਪਹਿਲਾਂ ਅੱਜ ਦਾ ਦੱਸਾਂ ਤੁਹਾਨੂੰ, ਜਦੋਂ ਆਏ ਉਦੋਂ ਗੱਲ ਦੱਸੂੰਗਾ ਤੁਹਾਨੂੰ, ਠੀਕ ਆ, ਅਤੇ ਜੋ ਸਾਡੇ ਗੀਤ ਆ ਉਹ ਵੀ ਤੁਹਾਨੂੰ ਮੈਂ ਉਦੋਂ ਸੁਣਾਊਂਗਾ, ਠੀਕ ਆ, ਅਤੇ ਬਾਅਦ 'ਚ ਮਿਲਦਾ, ਠੀਕ ਆ, ਬਣੇ ਰਹੋ, ਅਤੇ ਸਬਸਕ੍ਰਾਈਬ ਕਰ ਲਓ ਚੈਨਲ ਜੇ ਕੋਈ ਨਵਾਂ, ਅਤੇ ਪਲੀਜ਼ ਵੀਡੀਓ ਲਾਈਕ ਕਰੋ ਅਤੇ ਸ਼ੇਅਰ ਕਰਦਾ ਕਰੋ ਯਾਰ, ਔਰ ਕੁਆਲਿਟੀ ਨਾ ਥੋੜ੍ਹੀ ਵਧਾ ਲਿਆ ਕਰੋ, ਜੇ ਕਿਤੇ ਕੁਆਲਿਟੀ ਸਾਫ਼ ਨਾ ਹੋਵੇ ਤਾਂ ਕੁਆਲਿਟੀ ਨੂੰ HD ਕਰ ਲਿਆ ਕਰੋ, ਅਤੇ ਮਿਲਦੇ ਫਿਰ ਉਸ ਤੋਂ ਬਾਅਦ। ਅਤੇ ਕਿੱਦਾਂ ਤੁਸੀਂ, ਠੀਕ ਆ, ਔਰ ਫਸਟ ਆਫ ਆਲ ਬਾਈ ਆਪਾਂ ਤੁਹਾਨੂੰ ਦੱਸਿਆ ਆਪਣੇ ਨਾਲ ਦੇ ਆਉਂਦੇ ਪਏ ਆ ਅਤੇ ਆ ਗਏ ਆ, ਔਰ ਮੈਂ ਜਲਦੀ ਜਲਦੀ ਚੱਲਦਾ ਸੈਟਅਪ ਜਿਹਾ ਕੀਤਾ ਵਾ, ਠੀਕ ਆ, ਮੈਂ ਕਿਹਾ ਚਲ ਤੁਹਾਨੂੰ ਵੀ ਮਿਲਾਈਏ,
ਤੇ ਆਪਣਾ ਆ ਪਿਆ ਹਾਰਮੋਨੀਅਮ, ਠੀਕ ਆ। ਆ ਜੌਂਟੀ ਹਾਏ ਕਰੋ ਸਾਰਿਆਂ ਨੂੰ, ਇਹ ਬਹੁਤ ਹੋਵਾ ਇਹਨੂੰ ਟੈਲੈਂਟਡ ਅੱਜ ਢੋਲਕੀ ਤੇ ਆ, ਠੀਕ ਆ। ਤੇ ਆ ਆਪਣਾ ਭਰਾ ਲਾ ਵਾ, ਤੇ ਨਾਲ ਦਾ ਆਪਣਾ ਮੁੰਡਾ ਹੁੰਦਾ ਕੀ ਨਾਮ ਆ ਪੱਕਾ, ਗੋਲੀ ਡਾਊਨ, ਗੋਲੀ ਡਾਊਨ। ਤੇ ਪੁਸ਼ਮਿੰਦਰ, ਪੁਸ਼ਮਿੰਦਰ ਪਿੰਦਰ, ਔਰ ਵਾਹ ਵਾਹ ਕਿਆ ਵਾ। ਤੇ ਅਸੀਂ ਆ ਬੈਠੇ ਇੱਧਰ ਯਾਰ, ਤੇ ਮੈਂ ਕਿਹਾ ਲਾਈਏ ਔਰ ਗੀਤ ਦਾ ਥੋੜਾ ਕਰੀਏ। ਉਹ ਮੁੰਡਾ ਨਾਲ ਦਾ ਗਿਆ ਵਾ, ਤੇ ਮੈਂ ਦੱਸਦਾ ਪਏਗਾ। ਤਬਲਾ ਸੈੱਟ ਕਰ ਲਿਆ, ਢੋਲਕੀ ਸੈੱਟ ਕਰ ਲਈ, ਹਾਰਮੋਨੀਅਮ ਆਪਣਾ ਸੈੱਟ ਹੋ ਗਿਆ। ਆਹ ਨਾਂ ਦੱਸੀ ਆਪਦਾ, ਹਰਪਿੰਦਰ ਸਿੰਘ ਆ ਯਾਰ, ਵੇਖਿਆ ਇਹਦਾ ਨਾਂ ਹੀ ਗਲਤ ਦੱਸੀ ਜਾਂਦੇ ਸੀ ਯਾਰ, ਗੋਲੀ ਡਾਉਣ ਕਹੀ ਜਾਂਦਾ ਵੇ ਤਾਂ ਆਹੀ ਪਿਆਰ ਦਾ ਨਾਮ ਆ। ਚਲੋ ਤੇ ਹੁਣ ਆਪਾਂ ਕਰਦੇ ਹਾਂ ਗੀਤ ਦਾ ਵੀ ਤੁਹਾਨੂੰ ਸੁਣਾਉਂਦਾ ਵਾ ਮਾੜਾ ਜਿਹਾ, ਉਸ ਤੋਂ ਬਾਅਦ ਸਾਡੀ ਫਿਰ ਹੋਰ ਵੀ ਹੋਗੀ ਮਾੜੀ ਮੋਟੀ ਮਸਤੀ ਮਜ਼ਾਕ, ਉਹ ਵੀ ਵਿਖਾਉਣਾ। ਫਿਰ ਬਣੇ ਰਹੋ ਨਾਲ ਦੀ ਨਾਲ, ਤੇ ਮਿਲਦੇ ਹਾਂ ਫਿਰ ਦੱਸਦੇ ਹਾਂ ਅਗਲੀ ਗੱਲਬਾਤ। ਕਾਫੀ ਸਮਾਂ ਹੋ ਗਿਆ ਸਾਨੂੰ ਬੈਠਿਆਂ ਨੂੰ, ਤੇ ਪਤਾ ਨਹੀਂ ਲੱਗਾ ਹਜੇ ਤੁਹਾਡੇ ਨਾਲ ਥੋੜੀਆਂ ਥੋੜੀਆਂ ਕਲਿੱਪਾਂ ਸ਼ੇਅਰ ਕੀਤੀਆਂ। ਔਰ ਲਵ ਕਹਿੰਦਾ ਹਜੇ ਵੀ ਇਹਨਾਂ ਨੇ ਜਾਣਾ ਪੈਂਡ ਆ, ਤੇ ਅੱਠ ਤੋਂ ਉੱਪਰ ਹੋ ਗਿਆ ਟਾਈਮ, 8:30 ਹੋ ਗਏ, ਕਹਿੰਦਾ ਹਜੇ ਵੀ 10-15 ਮਿੰਟ ਰੋਕ ਕੇ ਜਲਦੀ ਇਹਨਾਂ ਨੇ ਪੈਂਡ ਜਾਣਾ। ਆਹ ਵੇਖ ਹਜੇ ਵੀ ਇਹ ਟਾਈਮ ਪਤਾ ਹੀ ਨਹੀਂ ਲੱਗਦਾ ਕਦੋਂ ਨਾ ਕਹਿੰਦਾ, ਤੇ ਹਜੇ ਵੀ ਸਾਡਾ ਦਿਲ ਵੀ ਗਾਈ ਜਾਈਏ।
ਪਰ ਬਈ ਮੈਨੂੰ ਪਤਾ ਜਿੰਨੇ ਪਿੰਡ ਜਾਣਾ ਵਾ ਉਹਨੂੰ ਬਹੁਤ ਪਹਿਲਾਂ ਭੇਜ ਗਏ, ਸਾਡਾ ਤਾਂ ਕੋਈ ਨੀ, ਇਹਨੇ ਜੋਟੀ ਨੇ ਜੋਟੀ ਦੱਸੇ ਕਿੱਥੇ ਮੇਰਾ ਘਰ ਤਾਂ ਖੜਾ ਵਾ ਤੇ ਮੇਰਾ ਘਰ ਦੋ ਲਾਂਗਾ ਮਾਰ ਕੇ ਤੇ ਬਈ ਇਹਨਾਂ ਦੋਵਾਂ ਨੇ ਜਾਣਾ ਪਿੰਡ, ਅਜੇ ਵੀ ਸਾਡਾ ਮੂਡ ਨਹੀਂ ਕਰਦਾ ਉੱਠਣ ਨੂੰ, ਪਰ ਬਈ ਬਹੁਤ ਜ਼ਰੂਰੀ ਆ ਪਹਿਲਾਂ ਜਾਣਾ, ਤੇ ਅਸੀਂ ਸੇਫਟੀ ਚਾਹੁੰਦੇ ਇਹਨਾਂ ਦੀ, ਇਹ ਨਹੀਂ ਕਿ ਅਸੀਂ ਆਪਦੀ ਮੌਜ ਮਸਤੀ 'ਚ ਇਹਨਾਂ ਨੂੰ ਕਹੀਏ ਨਹੀਂ ਤੁਸੀਂ ਇੱਥੇ ਰਹੋ ਬੈਠੇ ਰਹੋ, ਬੰਦੇ ਪੈ ਜਾਣ ਸਾਡੇ ਬੰਦਿਆਂ ਨੂੰ, ਹੋਰ ਯਾਰ ਅਸੀਂ ਸੇਫਟੀ ਚੱਲਦੇ ਹਾਂ, ਤੇ ਕੋਈ ਨਹੀਂ ਦੇਖਦੇ ਹਾਂ, ਨਹੀਂ ਤਾਂ ਬਈ ਸੇਫਲੀ ਇਹਨਾਂ ਨੂੰ ਭੇਜਣਾ ਵਾ, ਐਵੇਂ ਨਹੀਂ ਕਿ ਇੱਥੇ ਬਿਠਾਈ ਰੱਖੀਏ ਬਾਅਦ 'ਚ ਔਖੇ ਹੋਣ ਰਾਹ 'ਚ, ਤੇ ਕਰਦਾ ਇਹ ਨੀ ਮੈਮਲ ਸਾਡੀ ਖਤਮ ਹੋਣੀ, ਤੇ ਕੁਝ ਨਾ ਕੁਝ ਕੋਈ ਨਾ ਕੋਈ ਨਵਾਂ ਨਿਕਲ ਹੀ ਆਉਂਦਾ, ਅਜੇ ਕੁਝ ਖਾਸ ਸਮਾਂ ਨਹੀਂ ਹੋਇਆ ਤੇ ਗਾਉਣ ਨੂੰ ਦਿਲ ਬਹੁਤ ਕਰਦਾ, ਤੇ ਇਹਦੇ ਬਹੁਤ ਚੀਜ਼ਾਂ ਸਾਡੀਆਂ, ਅਜੇ ਮਹਿਫਲ ਕਾਲਜ 'ਚ ਵੀ ਆਉਣੀ ਕਿਸੇ ਦਿਨ, ਉਹ ਵੀ ਤੁਹਾਨੂੰ ਦੱਸਣਾ ਕੀ ਹੋਣ ਬਣ ਬਣੇ ਰਹੋ ਨਾ, ਬਹੁਤ ਇੰਜੋਏ ਮਿਊਜ਼ਿਕ ਹੈ ਇਹ ਚੀਜ਼ ਇੱਦਾਂ ਦੀ, ਜਿੰਨਾ ਟਾਈਮ ਮਰਜ਼ੀ ਦੇ ਨਾਲ, ਜਿੰਨਾ ਟਾਈਮ ਮਰਜ਼ੀ ਦੇ ਦੇ ਦਿਓ ਇਹਨੂੰ ਯਾਰ, ਟਾਈਮ ਪਤਾ ਹੀ ਲੱਗਣਾ ਤੁਹਾਨੂੰ, 2 ਘੰਟੇ 3 ਘੰਟੇ ਕਿੰਨਾ ਟਾਈਮ ਤੁਸੀਂ ਇਹਦੇ 'ਚ ਇਨਵੈਸਟ ਕੀਤਾ ਪਤਾ ਨਹੀਂ ਲੱਗਣਾ, ਪਰ ਇਹ ਸਕੂਨ ਆ, ਸਕੂਨ ਮਿਲਦਾ ਸਾਨੂੰ ਇਹਦੇ ਤੋਂ। ਇੱਕ ਮਿੰਟ ਯਾਰ, ਲਵ ਕੀ ਮਿਲਦਾ ਆਪਾਂ ਨੂੰ ਮਿਊਜ਼ਿਕ, ਸਹੀ ਦੱਸੀ, ਆਨੰਦ ਮਿਲਦਾ ਜਿਹਨੂੰ ਕਹਿੰਦਾ ਦਿਲ ਦੀ ਖੁਸ਼ੀ, ਜਿਹੜੀ ਮੁਹੱਬਤ ਆ ਮੇਰਾ ਫਸਟ ਲਵ ਮਿਊਜ਼ਿਕ ਯਾਰ, ਲੱਖਾਂ ਰੁਪਈਆ ਦੇ ਕੇ ਨਹੀਂ ਨਾ ਜਿਹੜੀ ਖੁਸ਼ੀ ਮਿਲਦੀ, ਲੱਖਾਂ ਕਰੋੜਾਂ ਰੁਪਈਆ ਉਹ ਖੁਸ਼ੀ ਮਿਲਦੀ ਸਾਨੂੰ ਇਹਦੇ ਤੋਂ, ਮੇਨ ਮੁੱਕਦੀ ਗੱਲ ਖਤਮ, ਇਸ ਤੋਂ ਬਾਅਦ ਸਭ ਕੁਝ ਇਹ ਨਹੀਂ ਵੇਲਾ, ਨਹੀਂ ਨਹੀਂ ਲਵ ਦੱਸ, ਹਜੇ ਵੀ ਤੁਹਾਨੂੰ ਟਾਈਮ ਹੋ ਗਿਆ, ਇਹਨੂੰ ਹਜੇ ਵੀ ਕਹਿੰਦਾ ਬੈਠਾ ਵਾ ਮੈਂ ਇਹਨੂੰ, ਆਹ ਵੇਖ ਲਓ, ਆਹ ਵੇਖ ਲਓ ਨੇੜੇ ਵਾਲਾ ਤਿਆਰ ਹੋ ਜਾਂਦਾ, ਇਹ ਪਾਈ ਜਾਂਦਾ ਬਲੈਜ, ਆਹ ਤੇ ਤਿਆਰ ਹੋ ਜਾਂਦਾ ਉਹ ਭਰਾਵਾ, ਉਹਨਾਂ ਨੂੰ ਤਾਂ ਪੁੱਛੋ ਜਾਣ ਨੂੰ ਤਿਆਰ ਨਹੀਂ ਹੁੰਦਾ ਪਿਆ, ਉਹ ਇੱਕ ਹਜੇ ਹੋਰ ਕਹਿੰਦਾ ਲਾਓ, ਤੇ ਬਾਈ ਤੇ ਵੇਖ ਲਓ ਆਹ ਬਹਿ ਨਾਲ ਲੈ ਬਹਿ ਇੱਥੇ ਨਾਲ, ਤੁਹਾਨੂੰ ਮੈਂ ਦੱਸਦਾ ਪਿਆ ਵਾ ਬਈ 8:15 ਦਾ ਟਾਈਮ ਸੀਗਾ ਜਦੋਂ ਮੈਂ ਦੱਸਿਆ ਤੁਹਾਨੂੰ, ਤੇ ਇੱਕ ਇੱਕ ਕਰਦੇ ਅਸੀਂ 2-3 ਗਾ ਚੁੱਕੇ ਹਾਂ, 9 ਵਜਾ ਚੁੱਕੇ ਹਾਂ, ਤੇ ਹਜੇ ਵੀ ਲਵ ਮਸਾ ਹੀ ਉਹਨੂੰ ਯਾਦ ਆਇਆ, ਅਸੀਂ ਤਾਂ ਰੁਕਣ ਨਹੀਂ ਲੱਗੇ ਸੀ, ਮਸਾ ਹੀ ਆਵੇ ਆ ਹੀ ਬੈਠਾ ਨਾ ਇਹ ਨਾਲ ਗਾਉਂਦਾ ਹੀ ਬਾਅਦ, ਉਹਨੂੰ ਕਹੇ ਹੋਰ ਗਾ ਉਹ ਕਰ ਚੁਰੂ ਭਰਾ, ਉਹਨਾਂ ਨੇ ਜਾਣਾ ਵਾ ਲਿਟਰਲੀ ਦੱਸਾਂ 9 ਵੱਜ ਚੁੱਕੇ ਆ ਹਜੇ, ਉਹਨਾਂ ਨੇ ਜਾਣਾ ਵਾ ਉਹਨੂੰ 15-20 ਮਿੰਟ ਲੱਗਣੇ, ਠੰਡ ਵੀ ਆ, ਅਸੀਂ ਲੱਗੇ ਪਏ ਗਾਉਣ, ਤੇ ਮੈਂ ਤੁਹਾਨੂੰ ਦੱਸਿਆ ਇਹਦੇ 'ਚ ਸਾਨੂੰ ਲਵ ਲਵ ਦੱਸਦੇ ਹੁਣ ਮੇਰੇ, ਤੂੰ ਆਪ ਕਿਹਾ ਕਿ ਨਹੀਂ ਦੱਸੀ ਕੁਰਸੀ ਤੇ, ਉਹ ਬਈ ਸਮਝੋ ਸੌਣ ਵਾਲੀ ਹਾਲਤ ਚ, ਉਹ ਸੌਣ ਵਾਲੀ ਹਾਲਤ ਚ ਹੋ ਗਿਆ ਸੀਗਾ, ਉਹ ਮਗਨ ਹੋ ਗਿਆ, ਮਗਨ ਵੀ ਹੋ ਗਿਆ ਪਰ ਸੌ ਵੀ ਚੱਲਦਾ ਸੀਗਾ। ਚਲੋ ਧੰਨਵਾਦ ਆ ਬਈ, ਆਹ ਹਵਾ ਮਿਊਜ਼ਿਕ ਬਹੁਤ ਬਹੁਤ ਹੀ ਜ਼ਿਆਦਾ, ਹਜੇ ਤਾਂ ਜੇ ਲੱਗੇ ਰਹਿੰਦੇ ਹਜੇ ਵੀ ਅਸੀਂ ਸੌਣਾ ਨਹੀਂ ਸੀ, ਗਾਈ ਜਾਣਾ ਸੀਗਾ, ਪਰ ਥੈਂਕਸ ਫਿਰ ਉਹਨੇ ਲਾਸਟ ਮੂਮੈਂਟ 'ਤੇ ਦੱਸਿਆ ਕਹਿੰਦਾ ਬਈ ਜਾਣਾ ਵਾ ਅਤੇ ਕਰੀਏ, ਮੈਂ ਕਿਹਾ ਬਈ ਹੋਰ ਆਹ ਹੁਣ ਇਹਨਾਂ ਨੂੰ ਜਾਣਾ ਵੀ ਭੇਜ ਗਏ, ਕਿਉਂਕਿ ਸਾਡਾ ਕੀ ਆ ਅਸੀਂ ਤਾਂ ਇੱਥੇ ਹੈਗੇ ਹੈਗੇ ਹਾਂ, ਇਹਨਾਂ ਨੂੰ ਜ਼ਰੂਰੀ ਆ, ਤਾਂ ਬਈ ਹਜੇ ਪ੍ਰੈਕਟਿਸ ਦਾ ਤੁਹਾਨੂੰ ਥੋੜ੍ਹਾ ਜਿਹਾ ਦਿਖਾਇਆ ਵਾ ਹਿੱਸਾ, ਅਤੇ ਇਸ ਤੋਂ ਬਾਅਦ ਕੱਲ੍ਹ ਜਾਵਾਂਗੇ ਕਾਲਜ, ਠੀਕ ਆ, ਕੱਲ੍ਹ ਦਾ ਮੋਡ ਤੁਹਾਨੂੰ ਦੱਸੂੰਗਾ ਫਿਰ ਕੱਲ੍ਹ ਦਾ ਕੀ ਮਾਹੌਲ ਹੈ ਸਾਡਾ, ਬਣੇ ਰਹੋ ਨਾਲ ਦੀ ਨਾਲ, ਅਤੇ ਲਵ ਉਹਨਾਂ ਨੂੰ ਫਿਰ ਭੇਜ ਦਈਏ। ਤੇ ਟਾਈਮ ਹੋ ਗਿਆ 9 ਦਾ, ਠੰਡ ਵੀ ਲੱਗੂਗੀ, ਤੇ ਆਹ ਵੇਖੋ ਤੁਹਾਨੂੰ ਮੈਂ ਬਾਹਰ ਵਿਖਾਵਾ ਮਾਹੌਲ, ਧੁੰਦ ਤਾਂ ਹੈ ਨੀ, ਉਹ ਬਾਜੀ ਵਾਹ ਤਾਇਆ ਸਾਡਾ, ਵਾਹ ਵਾਹ ਜੇ ਤਾਇਆ ਸੀਗਾ, ਬਾਜ਼ਾਰ ਸਾਰਾ ਬੰਦ ਹੋ ਗਿਆ ਵਾ।
ਤੇ ਰੁਕ ਕੇ ਗੱਲ ਸੁਣ ਕੇ ਜਹੀਂ ਤਾਇਆ ਠੀਕ ਆ ਰੁਕ ਕੇ ਜਾ ਗੱਲ ਸੁਣ ਕੇ ਜਾ ਦੇਖ ਸਕਦੇ ਹਾਂ ਟੋਟਲੀ ਮਾਰਕੀਟ ਬੰਦ ਹੋ ਚੁੱਕੀ ਆ ਅਤੇ ਹਜੇ ਉਹਨਾਂ ਨੇ ਜਾਣਾ ਬਾਈਕ ਉਹਨਾਂ ਦੀ ਆਹ ਖੜ੍ਹੀ ਆ ਠੀਕ ਆ ਅਤੇ ਆਪਣੀਆਂ ਦੁਕਾਨਾਂ ਬੰਦ ਆ ਇਕੱਲੀ ਆਹੀ ਇੱਕ ਆ ਇਹਨੂੰ ਹੀ ਕਰਨਾ ਸਾਰੀ ਆਲਮੋਸਟ ਬੰਦ ਹੋ ਗਿਆ ਠੰਡ ਵੀ ਬਹੁਤ ਆ ਅਤੇ ਇਹਨਾਂ ਨੂੰ ਤੋਰਾਂ ਯਾਰ ਜਲਦੀ ਚਲੋ ਯਾਰ ਤੁਹਾਨੂੰ ਮੈਂ ਤੋਰਾਂ ਫਿਰ ਇੰਨਾ ਟਾਈਮ ਹੋ ਗਿਆ ਅਤੇ ਪੈਕਿੰਗ ਪੂਕਿੰਗ ਕਰੀ ਹੱਥ ਹੱਥ ਗਰਮ ਕਰਕੇ ਪਹਿਲੇ ਆ ਵੇਲੋ ਹੱਥ ਹੱਥ ਗਰਮ ਕਰਕੇ ਜਾਇਓ ਗੁੱਸਾ ਨਾ ਕਰੋ ਮੈਂ ਚਲਾ ਜਾਊਂਗਾ।